ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਜੱਗੀ ਖਈਅਲ ਅੱਜ ਹਾਜ਼ਰ ਹਾਂ ਨਵੇਂ ਬਲੌਗ ਅਤੇ ਨਵੀਂ ਗੱਲਬਾਤ ਦੇ ਵਿੱਚ। ਇਹ ਐਪੀਸੋਡ ਪਹਿਲਾ ਐਪੀਸੋਡ ਆ, ਇਸ ਤੋਂ ਇਲਾਵਾ ਅੱਗੇ ਇਸ ਵਿਸ਼ੇ 'ਤੇ ਕਾਫੀ ਐਪੀਸੋਡ ਆਉਣਗੇ। ਅਤੇ ਅੱਜ ਦਾ ਐਪੀਸੋਡ ਦੇ ਵਿੱਚ ਗੱਲਬਾਤ ਕਰਦੇ ਹਾਂ ਗਦਰੀ ਬਾਬਿਆਂ ਦੀ। ਗਦਰੀ ਬਾਬੇ ਕੌਣ ਸੀ, ਕਿਹਨਾਂ ਨੇ 200 ਸਾਲ ਰਾਜ ਕਰਨ ਵਾਲੇ ਅੰਗਰੇਜ਼ਾਂ ਨੂੰ ਖਦੇੜ ਦਿੱਤਾ। ਉਹ ਗਦਰੀ ਬਾਬੇ ਪਿੰਡਾਂ ਅਤੇ ਸ਼ਹਿਰਾਂ ਤੋਂ ਉੱਠ ਕੇ ਵਿਦੇਸ਼ਾਂ ਤੱਕ ਗਏ ਅਤੇ ਵਿਦੇਸ਼ਾਂ ਤੋਂ ਮੁੜ ਕੇ ਆਪਣੀ ਪੰਜਾਬ ਦੀ ਧਰਤੀ 'ਤੇ ਆ ਕੇ ਉਹਨਾਂ ਨੇ ਐਡਾ ਸੰਘਰਸ਼ ਵਿੱਢਿਆ ਕਿ ਅੰਗਰੇਜ਼ਾਂ ਨੂੰ ਪੰਜਾਬ ਕੀ ਭਾਰਤ ਕੀ ਸਾਰੇ ਦੇਸ਼ਾਂ 'ਚੋਂ ਆਪਣਾ ਰਾਜ ਛੱਡਣਾ ਪਿਆ। ਉਸ ਤੋਂ ਪਹਿਲਾਂ ਆਪਾਂ ਚੰਦ ਲੈਣਾ ਇੱਕ ਸ਼ਹਿਰ ਦੀਆਂ ਜੋ ਆਪਾਂ ਤੁਹਾਡੇ ਨਜ਼ਰ ਕਰਦੇ ਹਾਂ। ਸਾਡੀ ਆਤਮਾ ਸਦਾ ਅਡੋਲ ਵੀਰੋ, ਕਰੂ ਕੀ ਤਫੰਗ ਦਾ ਵਾਰ ਸਾਨੂੰ, ਖਾਤਰ ਧਰਮ ਦੀ ਪਿਤਾ ਨੇ ਪੁੱਤ ਵਾਰੇ, ਦਿਸੇ ਚਮਕ ਦੀ ਨੇਕ ਮਿਸਾਲ ਸਾਨੂੰ, ਦਿਸੇ ਚਮਕ ਦੀ ਨੇਕ ਮਿਸਾਲ ਸਾਨੂੰ। ਦਸ਼ਮੇਸ਼ ਪਿਤਾ ਨੇ ਜਿਹੜੇ ਸੰਘਰਸ਼ਾਂ ਦੀ ਗੱਲ ਕੀਤੀ ਸੀ, ਉਸ ਨੂੰ ਮੁੱਖ ਰੱਖ ਕੇ ਪੰਜਾਬ ਦੇ ਭਾਰਤ ਦੇ ਨੌਜਵਾਨਾਂ ਨੇ ਵੱਡੇ ਸੰਘਰਸ਼ ਲੜੇ ਆ, ਹੁਣ ਤੱਕ ਲੜਦੇ ਆਉਂਦੇ ਆ। ਇਸ ਦੌਰਾਨ 20ਵੀਂ ਸਦੀ ਦੇ ਵਿੱਚ ਜਿਹੜਾ ਅੰਗਰੇਜ਼ਾਂ ਦਾ ਰਾਜ ਸੀ, ਉਸ ਦੌਰਾਨ ਬਹੁਤ ਸਾਰੇ ਸੰਘਰਸ਼ ਹੋਏ। ਇਸ ਸੰਘਰਸ਼ ਦੇ ਵਿੱਚ ਇੱਕ ਸੰਘਰਸ਼ ਗਦਰੀ ਬਾਬਿਆਂ ਦਾ ਵੀ ਸੀ। ਪਹਿਲਾਂ ਗਦਰੀ ਲਹਿਰ ਕਦੋਂ ਸ਼ੁਰੂ ਹੋਈ ਜਾਂ ਗਦਰਿਆਂ ਦੀ ਗੱਲਬਾਤ ਕਦੋਂ ਸ਼ੁਰੂ ਹੋਈ, ਉਸ 'ਤੇ ਵਿਚਾਰ ਕਰਦੇ ਹਾਂ। ਗਦਰੀ ਲਹਿਰ ਸ਼ੁਰੂ ਕਰਨ ਤੋਂ ਪਹਿਲਾਂ ਦੱਖਣੀ ਪੂਰਬੀ ਏਰੀਆ ਦੇ ਵਿੱਚ ਬਹੁਤ ਸਾਰੇ ਟਾਪੂ ਦੇਸ਼ ਜਿਹੜੇ ਵੱਸਦੇ ਆ, ਉਹਨਾਂ ਦੇਸ਼ਾਂ ਦੇ ਵਿੱਚ ਨੌਜਵਾਨ ਬਹੁਤ ਸਾਰੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਸੀ, ਕਿਉਂਕਿ ਭਾਰਤ ਦੇ ਵਿੱਚ ਹਾਲਾਤ ਬਹੁਤੇ ਸੁਖਾਵੇਂ ਨਹੀਂ ਸੀ, ਵਧੀਆ ਨਹੀਂ ਸੀ। ਕਿਉਂ ਨਹੀਂ ਸੀਗੇ? ਕਿਉਂਕਿ ਪੰਜਾਬ ਹੜ੍ਹਾਂ ਦੀ ਮਾਰ ਅਤੇ ਸੋਕਿਆਂ ਦੀ ਮਾਰ ਝੱਲ ਰਿਹਾ ਸੀ ਅਤੇ ਲਗਾਨ ਲਗਾਤਾਰ ਅੰਗਰੇਜ਼ਾਂ ਨੂੰ ਦੇਣਾ ਪੈ ਰਿਹਾ ਸੀ। ਬਹੁਤ ਸਾਰੇ ਇਲਾਕੇ ਅਜਿਹੇ ਸੀ ਉਪਜਾਊ ਨਹੀਂ ਸੀ, ਇਸ ਲਈ ਨੌਜਵਾਨਾਂ ਨੂੰ ਇਹ ਸੀ ਕਿ ਆਪਣੇ ਚੰਗੇ ਭਵਿੱਖ ਲਈ ਵਿਦੇਸ਼ਾਂ ਨੂੰ ਰੁੱਖ ਕੀਤਾ ਜਾਵੇ। ਅੰਗਰੇਜ਼ ਜਿਹੜੇ ਦੇਸ਼ ਦੇ ਵਿੱਚ ਰਹਿ ਕੇ ਨੌਜਵਾਨ ਸੀ, ਮਾਰ ਕੁੱਟ ਰਹੇ ਸੀ, ਲਹਿਰਾਂ ਨੂੰ ਖਤਮ ਕਰ ਰਹੇ ਸੀ ਲਗਾਤਾਰ, ਅਤੇ ਨੌਜਵਾਨ ਉੱਠਦੇ ਸੀ, ਆਵਾਜ਼ ਉਠਾਉਂਦੇ ਸੀ ਅਤੇ ਮਾਰੇ ਜਾਂਦੇ ਸੀ। ਇਸੇ ਨੂੰ ਦੇਖਦੇ ਹੋਏ ਪਰੇਸ਼ਾਨ ਨੌਜਵਾਨ ਵਿਦੇਸ਼ਾਂ ਨੂੰ ਰੁੱਖ ਕਰ ਜਾਂਦੇ ਆ, ਅਤੇ ਬਹੁਤ ਸਾਰੇ ਇਲਾਕੇ ਅਜਿਹੇ ਹੁੰਦੇ ਆ ਜਿੱਥੇ ਪਹਿਲਾਂ ਹੀ ਨੌਜਵਾਨ ਕੰਮ ਕਰ ਰਹੇ ਹੁੰਦੇ ਆ। ਅਤੇ ਜਿਹੜੇ ਇਲਾਕੇ ਅਜਿਹੇ ਸੀ ਜਿਵੇਂ ਕਿ ਏਸ਼ੀਆ ਦੇ ਕਾਫੀ ਮੁਲਕ ਸੀ, ਕਾਫੀ ਟਾਪੂ ਸੀ, ਉਹਨਾਂ ਦੇ ਵਿੱਚ ਨੌਜਵਾਨ ਪਹਿਲਾਂ ਤੋਂ ਹੀ ਕੰਮ ਕਰ ਰਹੇ ਸੀ। ਉਹ ਨੌਜਵਾਨਾਂ ਨੂੰ ਜਿਹੜੇ ਸਮੁੰਦਰੀ ਜਹਾਜ਼ ਵਿਦੇਸ਼ਾਂ ਤੋਂ ਆ ਰਹੇ ਸੀ, ਉਹਨਾਂ ਦੇ ਮਲਾਹਾਂ ਵੱਲੋਂ ਜਾਂ ਉਹਨਾਂ ਦੇ ਰਾਹਗੀਰਾਂ ਵੱਲੋਂ ਦੱਸਿਆ ਗਿਆ ਕਿ ਜਿਹੜੇ ਕੈਨੇਡਾ ਅਮੈਰੀਕਾ ਵਰਗੇ ਮੁਲਕ ਆ, ਉਹਨਾਂ ਦੇ ਵਿੱਚ 10 ਗੁਣਾ ਤਨਖਾਹ ਦਿੱਤੀ ਜਾਂਦੀ ਆ ਮਜ਼ਦੂਰਾਂ ਨੂੰ, ਕਿਉਂਕਿ ਉਹ ਇਲਾਕੇ ਉਹ ਦੇਸ਼ ਆਬਾਦ ਨਹੀਂ ਹੋਏ, ਉਹਨਾਂ ਨੂੰ ਆਬਾਦ ਕਰਨ ਲਈ ਉਹਨਾਂ ਦੇ ਦੇਸ਼ਾਂ ਦੇ ਲੋਕ ਮਿਹਨਤ ਕਰ ਰਹੇ ਆ, ਮਜ਼ਦੂਰਾਂ ਦੀ ਭਾਲ ਕਰ ਰਹੇ ਆ। ਇਸ ਨੂੰ ਸੁਣ ਕੇ ਪੰਜਾਬ ਦੇ ਭਾਰਤ ਦੇ ਬਹੁਤ ਸਾਰੇ ਨੌਜਵਾਨ ਵਿਦੇਸ਼ਾਂ ਨੂੰ ਰੁੱਖ ਕਰ ਜਾਂਦੇ ਆ, ਜਹਾਜ਼ਾਂ ਦੇ ਜਹਾਜ਼ ਭਰ ਕੇ ਜਾਂਦੇ ਆ, ਅਤੇ ਉਹਨਾਂ ਦੀ ਗਿਣਤੀ ਬਹੁਤੀ ਨਹੀਂ ਹੁੰਦੀ ਫਿਰ ਵੀ ਉਸ ਸਮੇਂ ਦੇ ਦੌਰਾਨ। ਇਹ ਉਹ ਸਮਾਂ 1903 ਦਾ ਜਿੱਥੇ ਪੰਜਾਬ ਅਤੇ ਭਾਰਤ ਦੇ ਨੌਜਵਾਨ ਵਿਦੇਸ਼ਾਂ ਦੇ ਵਿੱਚ ਚਲੇ ਜਾਂਦੇ ਆ, ਅਤੇ ਜਿਨ੍ਹਾਂ ਦੀ ਗਿਣਤੀ ਦਰਮਿਆਨੀ ਹੁੰਦੀ ਆ, ਅਤੇ ਆਪਣੇ ਹੱਡ ਤੋੜਵੀਂ ਮਿਹਨਤ ਕਰਕੇ, ਕਿਉਂਕਿ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਖੇਤੀ ਦਾ ਕੰਮ ਅਤੇ ਹੋਰ ਬਹੁਤ ਸਾਰੇ ਕੰਮ ਕਰਦੇ ਹੋਣ ਕਰਕੇ, ਮਜ਼ਬੂਤ ਹੋਣ ਕਰਕੇ ਸਰੀਰਕ ਪੱਖੋਂ, ਵਿਦੇਸ਼ਾਂ ਦੇ ਵਿੱਚ ਜਿਹੜੇ ਜੰਗਲੀ ਏਰੀਏ ਆ ਬਹੁਤ ਸਾਰੇ, ਅਤੇ ਉਹਨਾਂ ਨੂੰ ਆਬਾਦ ਕਰਨਾ ਸ਼ੁਰੂ ਕਰ ਦਿੰਦੇ। ਉਹਨਾਂ ਦੀ ਮਿਹਨਤ ਸਦਕਾ ਬਹੁਤ ਸਾਰੇ ਇਲਾਕੇ ਆਬਾਦ ਹੋ ਜਾਂਦੇ ਆ। ਉਸ ਤੋਂ ਬਾਅਦ 1900 ਦੀ ਗਿਣਤੀ ਵੱਧ ਜਾਂਦੀ ਹੈ, ਕਿਉਂਕਿ ਉਹ ਆਪਣੇ ਦੋਸਤ ਮਿੱਤਰ ਰਿਸ਼ਤੇਦਾਰਾਂ ਨੂੰ ਸੱਦਣਾ ਸ਼ੁਰੂ ਕਰ ਲੈਂਦੇ ਆ। 1912 ਦੇ ਵਿੱਚ ਇਹਨਾਂ ਦੀ ਗਿਣਤੀ ਵੱਧ ਕੇ 20,000 ਦੇ ਕਰੀਬ ਹੋ ਜਾਂਦੀ ਹੈ, ਅਤੇ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਪੰਜਾਬੀ ਹੁੰਦੇ ਆ, ਵੱਡੀ ਗਿਣਤੀ ਪੇਂਡੂ ਕਿਸਾਨ ਹੁੰਦੇ ਆ, ਅਤੇ ਵੱਡੀ ਗਿਣਤੀ ਸਾਬਕਾ ਫੌਜੀ ਹੁੰਦੇ ਆ, ਜਿਨ੍ਹਾਂ ਦੇ ਵਿੱਚੋਂ 75% ਸਾਬਕਾ ਫੌਜੀ ਹੁੰਦੇ ਆ, ਜਿਹੜੇ ਕਿ ਕੈਨੇਡਾ ਅਮੈਰੀਕਾ ਦੇ ਮੁਲਕਾਂ ਦੇ ਵਿੱਚ
ਦੋਨਾਂ ਦੇ ਵਿੱਚ ਫੈਲ ਜਾਂਦੇ ਆ, ਵੱਖੋ ਵੱਖਰੇ ਇਲਾਕਿਆਂ ਦੇ ਵਿੱਚ ਆਪਣੇ ਘਰਾਂ ਨੂੰ ਆਪਣੇ ਪਰਿਵਾਰਾਂ ਨੂੰ ਆਬਾਦ ਕਰਨਾ ਸ਼ੁਰੂ ਕਰ ਦਿੰਦੇ। ਘੱਟ ਸਿੱਖਿਅਤ ਹੋਣ ਦੇ ਬਾਵਜੂਦ ਵੀ ਪੰਜਾਬੀ ਜਾਂ ਇੰਡੀਅਨ ਉਹਨਾਂ ਨੂੰ ਵੱਧ ਕੇ ਰੁਜ਼ਗਾਰ ਮਿਲਦਾ ਉਸ ਸਮੇਂ ਦੇ ਦੌਰਾਨ। ਉਹ ਆਪਣੀਆਂ ਜ਼ਮੀਨਾਂ ਬਣਾਉਂਦੇ ਆ, ਜਾਇਦਾਦਾਂ ਬਣਾਉਂਦੇ ਆ ਅਤੇ ਕੈਨੇਡਾ ਅਤੇ ਅਮੈਰੀਕਾ ਦੇ ਦੇਸ਼ਾਂ ਦੇ ਵਿੱਚ ਆਪਣਾ ਨਾਮ ਸਥਾਪਿਤ ਕਰਨ ਦੇ ਲਈ ਕੋਸ਼ਿਸ਼ਾਂ ਕਰਦੇ ਰਹਿੰਦੇ ਆ। ਇਸੇ ਦੌਰਾਨ ਉਹਨਾਂ ਨੂੰ ਬਹੁਤ ਸਾਰੀਆਂ ਜਲਾਲਤ ਝੱਲਣੀ ਪੈਂਦੀ ਆ, ਜਿਵੇਂ ਕਿ ਪੰਜਾਬ ਦੇ ਵਿੱਚ ਵੀ ਇੰਡੀਆ ਦੇ ਵਿੱਚ ਵੀ ਅੰਗਰੇਜ਼ਾਂ ਵੱਲੋਂ ਬੋਰਡ ਲਾਏ ਜਾਂਦੇ ਆ ਕਿ ਕੁੱਤਾ ਅਤੇ ਭਾਰਤੀ ਆਉਣਾ ਸਖ਼ਤ ਮਨਾ। ਉਸੇ ਤਰ੍ਹਾਂ ਕੈਨੇਡਾ ਫਿਰ ਇਹ ਵਤੀਰੇ ਹੁੰਦੇ ਆ। ਵਤੀਰੇ ਹੋਣ ਤੋਂ ਬਾਅਦ 1911 ਦੇ ਵਿੱਚ ਇੱਕ ਵਿਚਾਰ ਚਰਚਾ ਚੱਲਦੀ ਆ ਵੀ ਭਾਰਤੀਆਂ ਨੂੰ ਆਪਾਂ ਨੂੰ ਇੱਕ ਸਭਾ ਜਾਂ ਕਮੇਟੀ ਬਣਾਉਣ ਦੀ ਲੋੜ ਆ। ਭਾਰਤੀਆਂ ਦੇ ਐਡੇ ਵੱਡੇ ਸੰਘਰਸ਼ ਤੋਂ ਬਾਅਦ ਕੈਨੇਡਾ ਅਮੈਰੀਕਾ ਵਰਗੇ ਦੇਸ਼ਾਂ ਦੇ ਵਿੱਚ ਰੱਤੀ ਭਰ ਵੀ ਇੱਜ਼ਤ ਨਹੀਂ ਹੁੰਦੀ, ਭਾਵੇਂ ਉਹ ਰੇਲਾਂ ਦੀਆਂ ਲਾਈਨਾਂ ਵਿਛਾਉਣੀਆਂ ਹੋਣ, ਭਾਵੇਂ ਮਜ਼ਦੂਰਾਂ ਦੇ ਵਿੱਚ ਫੈਕਟਰੀਆਂ ਇੰਡਸਟਰੀਆਂ ਦੇ ਵਿੱਚ ਕੰਮ ਕਰਨਾ ਹੋਵੇ, ਭਾਵੇਂ ਖੇਤੀ ਦੇ ਖੇਤਰ ਦੇ ਵਿੱਚ ਕੰਮ ਕਰਨਾ ਹੋਵੇ, ਭਾਵੇਂ ਜੰਗਲਾਂ ਦੇ ਲਈ ਕੰਮ, ਜੰਗਲਾਂ ਦੀ ਕਾਟ ਛਾਟ ਕਰਕੇ ਵੱਢ ਟੁੱਕ ਕਰਕੇ ਨਵੇਂ ਸ਼ਹਿਰ ਵਸਾਉਣੇ ਹੋਣ, ਭੋਰਾ ਵੀ ਇੱਜ਼ਤ ਨਹੀਂ ਹੁੰਦੀ। ਇਸ ਕਰਕੇ ਪਰੇਸ਼ਾਨ ਹੋਏ ਪੰਜਾਬੀ ਅਤੇ ਭਾਰਤੀ ਆਪਣਾ ਸੰਘਰਸ਼ ਵਿੱਢਦੇ ਆ। ਉਸੇ ਦੌਰਾਨ 1912 ਦੇ ਵਿੱਚ ਇੱਕ ਵੱਡਾ ਇਕੱਠ ਬੁਲਾਇਆ ਜਾਂਦਾ, ਜਿੱਥੇ ਸਰਬਸੰਮਤੀ ਨਾਲ ਇੱਕ ਤੈਅ ਹੁੰਦਾ ਕਿ ਇੱਕ ਕਮੇਟੀ ਬਣਾਈ ਜਾਵੇ, 11 ਮੈਂਬਰੀ ਕਮੇਟੀ, ਜਿਸ ਦਾ ਨਾਂ ਰੱਖਿਆ ਜਾਂਦਾ ਹਿੰਦੁਸਤਾਨ ਐਸੋਸੀਏਸ਼ਨ ਆਫ ਪੈਸੀਫਿਕ ਕੋਸਟ ਨਾਂ ਦੀ, ਜਿਹੜੀ ਇਹ ਜਥੇਬੰਦੀ ਬਣਾਈ ਜਾਂਦੀ ਆ। ਹਿੰਦੁਸਤਾਨ ਐਸੋਸੀਏਸ਼ਨ ਆਫ ਪੈਸੀਫਿਕ ਕੋਸਟ ਨਾਂ ਦੀ ਸੰਸਥਾ ਬਣਾਈ ਜਾਂਦੀ ਆ, ਜਿਨ੍ਹਾਂ ਦੇ ਪ੍ਰਧਾਨ ਬਾਬਾ ਭਗਨਾ ਜੀ ਸਨ ਅਤੇ ਸਕੱਤਰ ਗੁਰੂ ਦੱਤ ਕੁਮਾਰ ਜੀ ਸਨ ਅਤੇ ਇਸ ਦੇ ਖਜਾਂਚੀ ਕਾਂਸੀ ਰਾਮ ਜੀ, ਪੰਡਿਤ ਕਾਂਸੀ ਰਾਮ ਜੀ ਸਨ ਅਤੇ ਜਿਹੜੇ ਕਿ 7-8 ਜਿਹੜੇ ਮੈਂਬਰ ਸੀ ਉਸ ਕਮੇਟੀ ਦੇ, ਉਹਨਾਂ ਨਾਲ ਮਿਲ ਕੇ ਕੈਨੇਡਾ, ਅਮੈਰੀਕਾ, ਯੂਰਪ ਵਰਗੇ ਦੇਸ਼ਾਂ ਦੇ ਵਿੱਚ ਭਾਰਤੀਆਂ ਦੀ ਅਗਵਾਈ ਕਰ ਰਹੇ ਸੀਗੇ। ਇਸੇ ਦੌਰਾਨ ਉਹਨਾਂ ਸੰਸਥਾਵਾਂ ਦੀ ਇੱਕ ਵਿਚਾਰ ਬਣੀ ਕਿ ਆਪਾਂ ਨੂੰ ਇੱਕ ਅਖਬਾਰ ਕੱਢਣਾ ਚਾਹੀਦਾ ਜਿਹਦੇ ਨਾਲ ਜਿਹੜੀਆਂ ਬ੍ਰਾਂਚਾਂ ਜਥੇਬੰਦੀ ਦੀਆਂ ਉਹਨਾਂ ਤੱਕ ਆਪਣੀ ਸਾਰੀ ਗੱਲਬਾਤ ਜਾਂ ਆਪਣੇ ਪੰਜਾਬੀਆਂ ਨਾਲ ਹੋ ਰਹੇ ਵਤੀਰੇ ਦੀ ਗੱਲਬਾਤ ਖੁੱਲ੍ਹ ਕੇ ਲੋਕਾਂ ਤੱਕ ਰੱਖੀ ਜਾਵੇ ਅਤੇ ਜਿਹੜੇ ਇਹ ਦੇਸ਼ਾਂ ਦੀ ਪੋਲ ਖੋਲ੍ਹੀ ਜਾਵੇ। ਉਸ ਅਖਬਾਰ ਦਾ ਨਾਂ ਸੀ ਹਿੰਦੁਸਤਾਨ ਨਾਮ ਦਾ ਇੱਕ ਉਰਦੂ ਦਾ ਅਖਬਾਰ ਕੱਢਿਆ ਗਿਆ ਉਸ ਸਮੇਂ ਦਾ। ਇਹ ਅਖਬਾਰ ਬਹੁਤ ਵੱਡੀ ਚਿੰਗਿਆਰੀ ਸਾਬਤ ਹੋਇਆ। ਇਹ ਅਖਬਾਰ ਰਾਹੀਂ ਹਿੰਦੁਸਤਾਨ ਨਾਮ ਦਾ ਜਿਹੜਾ ਅਖਬਾਰ ਸੀ, ਇਹ ਭਾਰਤ ਦੇ ਜਿਹੜੇ ਨੌਜਵਾਨ ਸੀ, ਹਿੰਦੁਸਤਾਨ ਦੇ ਜਿਹੜੇ ਨੌਜਵਾਨ ਸੀਗੇ, ਉਹਨਾਂ ਨੂੰ ਉਤਸ਼ਾਹਿਤ ਕਰਨਾ ਸੀ ਦੇਸ਼ ਦੇ ਲਈ, ਜਿਹਦੇ ਨਾਲ ਉਹ ਆਜ਼ਾਦੀ ਲਈ ਪ੍ਰੇਰਿਤ ਹੋ ਸਕਣ ਅਤੇ ਸੰਘਰਸ਼ਾਂ ਦੇ ਵਿੱਚ ਕੁੱਦਣ ਅਤੇ ਰਾਹ ਪੈਣ ਇਸ ਸੰਘਰਸ਼ਾਂ ਦੇ ਵਿੱਚ। ਅਤੇ ਬਾਬਾ ਸੋਹਣ ਸਿੰਘ ਭਕਨਾ ਜੀ ਦੀ ਇੱਕ ਸਲਾਹ ਸੀ ਠਾਕਰ ਸਿੰਘ ਜੀ ਨੂੰ, ਵਿਸਾਖਾ ਸਿੰਘ ਜੀ ਨੂੰ, ਕਿ ਆਪਾਂ ਨੂੰ ਵਿਦਿਆਰਥੀ ਆ ਵਿਦੇਸ਼ਾਂ ਦੇ ਵਿੱਚ ਪੜ੍ਹਦੇ ਆ ਜਾਂ ਹੋਰਾਂ ਦੇਸ਼ਾਂ ਦੇ ਵਿੱਚ ਆਪਣੇ ਦੇਸ਼ ਦੇ ਵਿੱਚ ਪੜ੍ਹਦੇ ਆ, ਉਹਨਾਂ ਨੂੰ ਇਸ ਸੰਗਠਨ ਦੇ ਵਿੱਚ ਜੋੜਨਾ ਚਾਹੀਦਾ, ਇਸ ਸੰਸਥਾ ਦੇ ਵਿੱਚ ਜੋੜਨਾ ਚਾਹੀਦਾ। ਇਸੇ ਦੌਰਾਨ ਹੀ ਬਿਨਾਂ ਵਿਘਨ ਪਾਏ 25 ਮਾਰਚ 1913 ਨੂੰ ਲਾਲਾ ਹਰਦਿਆਲ ਜੀ ਨੂੰ ਪੋਰਟਲੈਂਡ ਤੋਂ ਬੁਲਾਇਆ ਗਿਆ, ਜਥੇਬੰਦੀ ਦਾ ਕੰਮ ਸੌਂਪਿਆ ਗਿਆ। ਲਾਲਾ ਹਰਦਿਆਲ ਜੀ ਦੀ ਸਲਾਹ 'ਤੇ ਭਾਰਤੀਆਂ ਨੇ ਮਨ ਵਿੱਚ 1857 ਦੇ ਵਿਦਰੋਹ ਕਰਕੇ ਜਿੰਦਾ ਰੱਖਣ ਅਤੇ ਅੰਗਰੇਜ਼ਾਂ ਦੇ ਖਿਲਾਫ ਨਫ਼ਰਤ ਪੈਦਾ ਕਰਨ ਲਈ ਜਥੇਬੰਦੀਆਂ ਵੱਲੋਂ ਲਾਲਾ ਹਰਦਿਆਲ ਦੀ ਸੰਪਾਦਕੀ ਹੇਠ ਗਦਰ ਨਾਮ ਦਾ ਹਫ਼ਤਾਵਾਰੀ ਅਖਬਾਰ ਕੱਢਣ ਦਾ ਫੈਸਲਾ ਕੀਤਾ। 21 ਅਪ੍ਰੈਲ 1913 ਨੂੰ ਇੱਕ ਵੱਡਾ ਇਕੱਠ ਆਡੀਟੋਰੀਅਮ ਵਿੱਚ ਸੱਦਿਆ ਗਿਆ। ਲਾਲਾ ਹਰਦਿਆਲ ਜੀ ਨੇ ਆਪਣੀ ਸਲਾਹ ਦਿੱਤੀ ਜਥੇਬੰਦੀ ਨੂੰ ਕਿ ਜਿਹੜੀ ਗਦਰੀ ਲਹਿਰ ਬਣਾਉਣ ਦੀ ਗੱਲ ਕੀਤੀ ਜਾ ਰਹੀ ਆ ਅਖਬਾਰਾਂ ਰਾਹੀਂ, ਉਹ ਆਪਣੇ ਨਾਲ ਮਿਲਦੀ ਜੁਲਦੀ ਗੱਲ ਹੈ,
इस करके इस पार जथेबंदी का नाम भी गदर पार्टी रखा जाए, क्योंकि यह अपने नाल मिलती जुलती गल है। आप लड़ रहे हैं, संघर्ष कर रहे हैं। उस दिन यह जिहड़ी 1912 दे विच बनी जथेबंदी 1913 दे विच एक नाम तब्दील कर लेंदी है। नाम तब्दील होने तो बाद एक गदर पार्टी बन जाती है। दोस्तों अज गलबात की आप गदरी बाबियां बारे, कौन सी इन्होंने किमें संघर्ष विढे, 200 साल राज करन वाले अंग्रेजों नूं खदेड़न दा एडा ढांचा कनेडा ते अमेरिका की धरती दे जिहड़ा उन्हां दे विच रह के बनिया, ते उन्हां ने आके भारत दे विच अपनी शक्ति नूं स्थापित करके एक खदेड़न दा काम किया अंग्रेजों नूं। अजिही जिहड़े सूरवीर योधे आ उन्हां दी आपां नूं गल करनी जरूरी है। इस करके आपां इह पहली वीडियो उन्हां लई कीती आ, इस तो बाद एपीसोड जारी रहेंगे। जे तुहाडे इलाके दे विच वी गदरी शहीद जां गदरी बाबे होए ने ते उन्हां दी अपने कमेंट बॉक्स दे विच जानकारी जरूर दिओ, ते अपने चैनल नूं सबसक्राइब ते फॉलो जरूर करो। मेरा चैनल जगी खाई वाले दे नाते फेसबुक ते यूट्यूब चैनल ते इंस्टाग्राम ते आपां हैगे आ। ते जे तुहानूं मेरी वीडियो वेखण लई तुहाडा धन्नवाद ते सत श्री अकाल। अगले एपीसोड दे विच तुहानूं मिलदे आ, मैं तुहाडा जगी खाई वाला।